ਹੈਲੋ ਹਾਏ ਸਤਿ ਸ਼੍ਰੀ ਅਕਾਲ ਹਨੀ ਭਾਅ ਜੀ, ਕੀ ਹਾਲ ਜੀ ਤੁਹਾਡਾ? ਭਾਈ ਸਭ ਤੋਂ ਪਹਿਲਾਂ ਤਾਂ ਵੈਲਕਮ ਤੁਹਾਨੂੰ ਬੋਲੀਵੁੱਡ 'ਚ। ਜਦੋਂ ਤੁਸੀਂ ਇੰਨਾ ਵਧੀਆ ਸੌਂਗ ਲੈ ਕੇ ਆਉਂਦਾ, ਦਿਲ ਚੋਰੀ ਸਾਡਾ ਹੋ ਗਿਆ ਕਿ ਬੜਾ ਰੱਬ, ਮੈਨੂੰ ਤਾਂ ਭਾਈ ਗਾਣਾ ਨਹੀਂ ਆਉਂਦਾ। ਜਿਹੜੀ ਸਿੱਧੀ ਗੱਲ ਹੈ, ਆਪਾਂ ਨੂੰ ਰੈਪ ਦੀ ਗੱਲ ਕਰੋ, ਆਪਾਂ ਫੱਟੇ ਚੱਕ ਲਈਦੇ ਫੱਟੇ। ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ। ਮੈਂ ਤੁਹਾਡਾ ਫੈਨ ਸੀਗਾ ਜਦੋਂ ਮੈਂ 5ਵੀਂ ਕਲਾਸ 'ਚ ਪੜ੍ਹਦਾ ਸੀਗਾ, ਠੀਕ ਹੈ ਜੀ। ਅਤੇ ਇੰਨੀ ਦੇਰ ਤੋਂ ਤੁਸੀਂ ਬਿਮਾਰ ਸੀਗੇ ਪਤਾ ਨਹੀਂ ਮੈਨੂੰ, ਬਟ ਸਾਡਾ ਦਿਲ ਨਹੀਂ ਲੱਗਦਾ ਸੀਗਾ। ਆਰਟਿਸਟ ਤਾਂ ਸਾਰੇ ਵਧੀਆ ਹੁੰਦੇ ਆ, ਬਟ ਭਾਈ ਜੋ ਗੱਲ ਤੁਹਾਡੇ ਵਿੱਚ ਹੈ ਨਾ, ਉਹ ਹੋਰ ਕਿਸੇ ਵਿੱਚ ਨਹੀਂ ਹੈਗੀ। ਆਪਾਂ ਨੂੰ ਵਾਹਿਗੁਰੂ ਦੀ ਸੌਂ ਲੱਗੇ, ਆਪਾਂ ਤਾਂ ਤੁਹਾਡੇ ਹੀ ਫੈਨ ਹਾਂ, ਤੁਹਾਡੇ ਹੀ ਰਵਾਂਗੇ। ਭਾਈ ਤੁਹਾਡੀ ਜਾਣ ਤੋਂ ਬਾਅਦ ਸਾਨੂੰ ਐਵੇਂ ਲੱਗਿਆ ਜਿਵੇਂ ਨਾ ਸਾਰਾ ਬੋਲੀਵੁੱਡ ਖਾਲੀ ਹੋ ਗਿਆ ਹੁੰਦਾ। ਅਤੇ ਭਾਈ ਆਪਾਂ ਤੁਹਾਡੇ ਸੌਂਗਾਂ ਨੂੰ ਬਹੁਤ ਸੁਣੀਦਾ ਵਾ, ਖਾਸ ਕਰਕੇ ਮੈਨੂੰ ਉਹ ਸੌਂਗ ਬਹੁਤ ਪਿਆਰਾ ਲੱਗਦਾ, ਬੇਬੋ ਦੀਆਂ ਗੱਲਾਂ ਪਿੰਕ ਪਿੰਕ, ਉਹ ਇਕੱਲੀ ਬੈਠੀ ਕਰਦੀ ਸੀ ਡਰਿੰਕ, ਮੈਂ ਬਹਿ ਗਿਆ ਕੋਲੇ ਜਾ ਕੇ। ਆਈ ਐਮ ਸੋਰੀ, ਮੈਨੂੰ ਗਾਣਾ ਤਾਂ ਨਹੀਂ ਆਉਂਦਾ, ਬਟ ਮੈਂ ਉਹਦੀ ਰੈਪ ਸੁਣਾ ਸਕਦਾ, ਥੋੜ੍ਹੀ ਥੋੜ੍ਹੀ ਫਾਰਸੀ ਭਾਸ਼ਾ 'ਚ ਹੋਊਗੀ, ਥੋੜ੍ਹੀ ਪੰਜਾਬੀ 'ਚ ਹੋਊਗੀ, ਠੀਕ ਹੈ। ਬੇਬੋ 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 ਤੇਰੇ ਗਾਲ ਗੁਲਾਬੀ, ਉਫ ਤੇਰਾ ਮੇਕਅਪ, ਤੂੰ ਟੈਮ ਬੇਬੀ, ਆਈ ਲਵ ਯੂ ਮਾਈ ਸ਼ਿਕ, ਕਾਡੀਓ ਸ਼ਾਡੀਓ ਮਾਰ ਕੇ ਬੇਬੀ ਹੋ ਗਈ ਸ਼ਿਪ, ਸੱਜ ਧੱਜ ਤੂੰ ਕਹਾਂ ਜਲਦੀ ਕੱਲ ਹੀ ਹੋਆ ਤੇਰਾ ਬ੍ਰੇਕਅਪ, ਬੀਪੀ ਓ ਮੇ ਕਾਮ ਤੂੰ ਕਰਦੀ ਸ਼ਨਾ ਪਹਿਲੇ ਹੈ, ਸੈਟਰਡੇ ਕੋ ਪਾੜੀ ਸ਼ਾੜੀ ਤੇਰੇ ਲਈ ਸਟੈਡੀ ਹੈ, ਨਾਈਟ ਆਊਟ ਕੀ ਬਾਤ ਵੋ ਕਰਤੇ ਤੂੰ ਬੋਲੇ ਡੈਡੀ ਸਟੈਡੀ ਕੋ, ਹੈ ਬਤਾ ਦੂੰ ਤੇਰੇ ਡੈਡੀ ਕੋ। ਸੋ ਭਾਈ ਮੈਨੂੰ ਪਤਾ ਨਹੀਂ ਕਿਉਂ ਦਿਲੋਂ ਇੱਕ ਖੁਸ਼ੀ ਜੀ ਹੁੰਦੀ ਹੈ ਕਿ ਤੁਸੀਂ ਵਾਪਸ ਆ ਗਏ ਹੋ, ਸੌਂ ਲੱਗੇ ਆਪਾਂ ਨੂੰ। ਬਾਕੀ ਸਾਰੇ ਆਰਟਿਸਟ ਵਧੀਆ ਹੀ ਹੁੰਦੇ ਆ। ਬਾਦਸ਼ਾਹ ਭਾਅ ਜੀ ਵੀ ਠੀਕ ਹੈ, ਰਫਤਾਰ ਭਾਅ ਜੀ ਵੀ ਠੀਕ ਹੈ, ਬਟ ਭਾਈ ਜੋ ਗੱਲ ਤੁਹਾਡੇ ਵਿੱਚ ਨਾ, ਉਹ ਕਸਮ ਲੱਗੀ ਕਿਸੇ ਵਿੱਚ ਹੈ ਹੀ ਨਹੀਂ। ਆਪਾਂ ਨੂੰ ਧਰਮ ਦੀ ਸੌਂ ਲੱਗੇ ਭਾਈ, ਧਰਮ ਦੀ ਜੋ ਗੱਲ ਤੁਹਾਡੇ ਵਿੱਚ ਹੈ ਨਾ, ਉਹ ਕਿਸੇ ਵਿੱਚ ਹੋ ਹੀ ਨਹੀਂ ਸਕਦੀ। ਤੁਹਾਡੇ ਗਾਣ ਦਾ ਸਟਾਈਲ ਬਹੁਤ ਵਧੀਆ ਲੱਗਿਆ ਮੈਨੂੰ, ਜਿਹੜਾ ਤੁਸੀਂ ਕਿਹਾ ਸੀਗਾ, ਬਾਕੀ ਗੱਜਲਾਂ ਤੇ ਖਮਟਕਾ ਕੇ ਕੁੜੀ ਹੈ, ਮੈਨੂੰ ਨਹੀਂ ਪਤਾ ਜੇ ਮੈਥੋਂ ਹੋਊਗੀ ਕੋਈ ਖਤਾ, ਆਹ ਕਿਹੋ ਜਿਹੀ ਡਰੈਸ ਤੂੰ ਪਾਈ ਹੋਈ ਹੈ, ਮੈਥੋਂ ਰਹਿ ਤੂੰ ਦੂਰ ਨਾ ਕਰ ਮਜਬੂਰ, ਕਿਉਂਕਿ ਮੈਨੂੰ ਆਖਰ ਆਈ ਹੋਈ ਹੈ, ਅਸੀਂ ਰਹਿੰਦੇ ਹਾਂ ਖਿਆਲਾਂ ਵਿੱਚ ਖੋਏ ਖੋਏ, ਸੋਏ ਸੋਏ ਅੱਖਾਂ ਬੰਦ ਕੀਤੀਆਂ ਫਿਰ ਵੀ ਨਾ ਸੋਏ ਸੋਏ, ਸੁਪਨੇ ਵਿੱਚ ਤੈਨੂੰ ਵੇਖ ਮੇਰਾ ਦਿਲ ਕਰੇ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ। ਸੋ ਭਾਈ ਤੁਹਾਡੇ ਹਰੇਕ ਗਾਣੇ ਨੂੰ ਮੈਂ ਫੋਲੋ ਕਰਦਾ ਹੁੰਦਾ, ਈਵਨ ਕਿ ਮੈਂ ਤੁਹਾਡੇ ਸਟਾਈਲ ਨੂੰ ਬਹੁਤ ਫੋਲੋ ਕਰਦਾ, ਜਿਹੜਾ ਐਂ ਵਾਲਾ ਵਾ ਕੀ ਕਰੀਏ, ਤੁਹਾਨੂੰ ਸਾਰਾ ਇੰਡੀਆ ਹੀ ਫੋਲੋ ਕਰਦਾ ਭਾਈ। ਚਲੋ ਭਾਈ, ਮੋਸਟ ਵੈਲਕਮ ਤੁਹਾਡਾ ਬੋਲੀਵੁੱਡ 'ਚ ਆਉਣ ਲਈ, ਐਂਡ ਥੈਂਕ ਯੂ। ਮੈਂ ਤਾਂ ਤੁਹਾਡੀ ਰੈਪ ਸੁਣਨ ਨੂੰ ਬਹੁਤ ਤਰਸਦਾ ਸੀਗਾ ਭਾਈ। ਚਲੋ ਭਾਈ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਭਰਾ ਛੋਟਾ ਕਾਕਸ ਕਪੂਰ, ਆਰਟਿਸਟ ਕਾਕਸ ਕਪੂਰ, ਥੈਂਕ ਯੂ ਸੋ ਮਚ।